ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਸੰਗਤ ਜੀ ਸਾਰਿਆਂ ਤੋਂ ਵੱਡਾ ਦਾਨ ਹੁੰਦਾ ਹੈ ਦਸਵੰਦ ਆਪਾਂ ਕਹਿੰਨੇ ਆਂ ਬਿ ਗਰੀਬੀ ਆ ਗਈ ਹੈ ਕਰਜ ਕੜਕੀ ਝਾ ਗਈ ਹੈ ਵੀ ਸਾਡੇ ਘਰ ਪੈਸਾ ਨਹੀਂ ਠਹਿਰਦਾ ਆ ਹੋ ਗਿਆ ਉਹ ਹੋ ਗਿਆ ਸਾਡੇ ਸਿਰ ਕਰਜ਼ਾ ਚੜ ਗਿਆ ਮੁਕਦਮੇ ਚੱਲਦੇ ਪਏ ਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਰੋਗਾਂ ਨੇ ਸਾਨੂੰ ਢੇਰਿਆ ਹੋਇਆ ਮਨ ਦੇ ਨਾਲ ਨਾਲ ਸਰੀਰਕ ਰੋਗ ਵੀ ਲੱਗੇ ਹੋਏ ਨੇ ਦਸਵੰਦ ਜੋ ਆਪਾਂ ਰੱਖ ਲੈਨੇ ਆ ਉਹ ਨਿਰੀਆਂ ਬਿਮਾਰੀਆਂ ਦਾ ਹੀ ਘਾਰ ਹੈ ਜਦੋਂ ਆਪਾਂ ਗੁਰੂ ਦਾ ਦਸਵੰਦ ਹਿੱਸਾ ਆਪਣੇ ਕੋਲ ਦੱਬ ਕੇ ਰੱਖ ਲੈਨੇ ਆ ਤਾਂ ਸੁੱਖ ਸ਼ਾਂਤੀ ਕਿਵੇਂ ਮਿਲੇਗੀ ਉਸ ਪਰਮਾਤਮਾ ਨੇ ਆਪਾਂ ਨੂੰ ਸਭ ਰੋਜੀ ਦਿੱਤੀ ਹੈ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਉਹਨਾਂ ਦਾ ਦਸਵੰਦ ਹੁੰਦਾ ਹੈ ਉਹੀ ਆਪਣੇ ਕੋਲ ਮਾਰ ਲੈਨੇ ਆ ਉਹ ਦੇਨ ਦਾ ਨਾਮ ਹੀ ਨਹੀਂ ਲੈਂਦੇ ਪਰ ਆਪਾਂ ਤਾਂ ਸਾਰੇ ਇਹੀ ਕਹਿੰਨੇ ਆ ਆਪਾਂ ਦਾ ਕਿਸੇ ਦੇ ਪੈਸੇ ਮਾਰੇ ਹੀ ਨਹੀਂ ਹੈਗੇ ਆਪਣੀ ਜ਼ੁਬਾਨੋਂ ਤਾਂ ਇਹੀ ਨਿਕਲਦਾ ਹੈ ਬਾਸ਼ਾ ਨੇ ਆਪਾਂ ਨੂੰ 10ਵਾਂ ਹਿੱਸਾ ਕੱਢਣ ਲਈ ਕਿਹਾ ਹੈ। ਕਈ-ਕਈ ਸਿੱਖ ਦੇਖੇ ਨੇ ਬੜੀ ਉੱਚੀ ਸੋਚ ਵਾਲੇ ਨੇ। ਕਈ ਗੁਰਸਿੱਖ ਸੋਚਦੇ ਨੇ ਹਰ ਰੋਜ਼ ਗੁਰਦੁਆਰੇ ਜਾਂਦੇ ਆ, ਮੱਥਾ ਟੇਕੀ ਟੇਕਦੀ ਤਾਂ ਤੇ ਦਸਵੰਦ ਦੀ ਕੀ ਲੋੜ ਹੈ? ਪਰ ਗੁਰੂ ਪਿਆਰਿਓ ਦਸਵੰਦ ਕੱਢਣਾ ਚਾਹੀਦਾ ਹੈ। ਕਈ ਗੁਰਸਿੱਖ ਦਸਵੰਦ ਜ਼ਰੂਰ ਕੱਢਦੇ ਨੇ। ਉਹਨਾਂ ਦੇ ਘਰ ਪਰਿਵਾਰ ਵਿੱਚ ਬੜੀ ਮੇਰ ਹੁੰਦੀ ਹੈ ਪਰਮਾਤਮਾ ਦੀ। ਜੋ 10 ਵੰਦ ਕੱਢਦੇ ਉਹ ਬਹੁਤ ਵਧੀਆ ਜਦੋਂ ਆਪਾਂ 12 ਕੱਢਣ ਲੱਗ ਜਾਵਾਂਗੇ 15 ਕੱਢਣ ਲੱਗ ਜਾਵਾਂਗੇ ਫਿਰ ਗੁਰੂ ਪਿਤਾ ਕਹਿਣਗੇ ਵੀ ਪੁੱਤ ਨਹੀਂ ਤੂੰ ਸਪੂਤ ਹੈ ਮੇਰਾ ਨਹੀਂ ਯਕੀਨ ਤਾਂ ਕੱਢ ਕੇ ਦੇਖ ਲੋ ਫਿਰ ਆਪਾਂ ਦੇਖਾਂਗੇ ਪਤਾ ਨਹੀਂ ਕਿਧਰੋਂ ਕੀ ਆਈ ਜਾ ਰਹੀ ਹੈ ਕਿੰਨੀ ਬਰਕਤ ਹੋ ਰਹੀ ਹੈ ਕਿੰਨਾ ਵਾਅਦਾ ਹੋ ਰਿਹਾ ਹੈ ਕਿਉਂਕਿ ਜੇ ਦਸਵੰਦ ਆਪਣਾ ਦਸਵੰਦ ਤਾਂ ਹੀ ਆਪਾਂ ਅਰਦਾਸ ਕਰਦੇ ਨੇ ਵਾਹਿਗੁਰੂ ਦਸਵੰਦ ਵਧੇ ਜੇ ਆਪਣੀ ਆਪਣੀ ਇਨਕਮ ਵਧੇਗੀ ਤਾਂ ਹੀ ਆਪਣਾ ਦਸਵੰਦ ਵਧੇਗਾ ਵਾਹਿਗੁਰੂ ਅਗੇ ਇਹ ਹੀ ਅਰਦਾਸ ਕਰਿਆ ਕਰੋ ਪਾਤਸ਼ਾਹ ਮੇਰਾ ਦਸਵੰਦ ਵਧ ਜਾਏ ਨਿਤਨੇਮ ਕੀਰਤਨ ਪਾਠ ਜਰੂਰ ਕਰਿਆ ਕਰੋ ਬਾਣੀ ਨਾਲ ਜੁੜੇ ਰਹੋ ਸਤਿਗੁਰੂ ਮਹਾਰਾਜ ਕਿਰਪਾ ਕਰਨਗੇ ਕੋਸ਼ਿਸ਼ ਕਰਿਆ ਕਰੋ ਨਾ ਕਿਸੇ ਦੀ ਨਿੰਦਾ करिए ਤੇ ਨਾ ਹੀ ਕਿਸੇ ਦੀ ਸੁਣੀਏ ਹਰ ਸਮੇਂ ਘਰ ਵਿੱਚ ਬਾਣੀ ਲਾ ਕੇ ਰੱਖੋ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ ਮੂਲ ਮੰਤਰ ਦਾ ਜਾਪਤਾ ਜਰੂਰ ਕਰੋ ਉਸ ਮਾਲਕ ਨੇ ਹੀ ਮਿਹਰ ਕਰਨੀਏ ਇੱਕ ਆਮ ਜਿਹਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਪਰ ਜਦੋਂ ਵਾਹਿਗੁਰੂ ਦੀ ਮਿਹਰ ਹੋ ਜਾਏ ਤਬਾਸ ਫਿਰ ਸਭ ਕੁਝ ਕਰ ਸਕਦਾ ਹੈ ਇਸ ਲਈ ਅੱਜ ਤੋਂ ਆਪਣੇ ਆਪ ਵਿੱਚ ਅੰਦਰ ਇਹ ਧਾਰ ਲਓ ਕਿ ਮੈਂ ਆਪਣਾ ਸਮਾਂ ਜਿਹੜਾ ਮੈਂ ਆਪਣਾ ਉਹ ਵਿਅਰਥ ਨਹੀਂ ਕਰਨਾ ਨਾ ਮੈਂ ਕਿਸੇ ਦੀ ਨਿੰਦਾ ਚੁਗਲੀ ਕਰਨੀ ਹੈ ਨਾ ਹੀ ਮੈਂ ਕਿਸੇ ਦੀ ਸੁਣਨੀ ਜੇ ਕੋਈ ਕਰਦਾ ਹੈ ਤਾਂ ਮੈਂ ਉੱਠ ਕੇ ਉੱਥੋਂ ਪਾਸੇ ਹੋ ਜਾਣਾ ਨਾ ਮੈਂ ਫालतू ਦੀ ਗੱਲਾਂ ਵਿੱਚ ਪੈਣਾ ਮੈਂ ਆਪਣਾ ਜੋ ਮੇਰੇ ਕੋਲ ਸਮਾਂ ਹੈ ਉਹ ਮੈਂ ਵਾਹਿਗੁਰੂ ਦਾ ਨਾਮ ਵਿੱਚ ਜਪਣਾ ਜਪਣਾ ਸੁਖਮੀ ਸਾਹਿਬ ਦਾ ਪਾਠ ਕਰੋ ਰਹਿਰਾ ਸਾਹਿਬ ਕਰੋ ਚਪਈ ਸਾਹਿਬ ਕੀਰਤਨ ਸੌਲਾ ਕਰੋ ਜਿਨ੍ਹਾਂ ਨੂੰ ਨਹੀਂ ਪੜਨਾ ਆਉਂਦਾ ਉਹ ਸੁਣੋ ਮੂਲ ਮੰਤਰ ਦਾ ਨਾਲ-ਨਾਲ ਜਾਪ ਕਰੋ ਉਸ ਮਹਾਰਾਜ ਦੀ ਬਾਣੀ ਨੂੰ ਸੁਣੋ ਜਦੋਂ ਆਪਾਂ ਇਹ ਕਰਨ ਲੱਗੇ ਸਾਰੇ ਦੁੱਖ ਦਰਦ ਆਪੇ ਦੂਰ ਹੋ ਜਾਣੀਏ ਜੇ ਆਪਣਾ ਕੋਈ ਮਾੜਾ ਕਰਦਾ ਤਾਂ ਇਹ ਨਹੀਂ ਹੈਗਾ ਆਪਾਂ ਵੀ ਅੱਗੋਂ ਮਾੜਾ ਕਰਨਾ ਹੈ ਮਾਲਕ ਜੋਨੇ ਉਹ ਵਾਹਿਗੁਰੂ ਆਪੇ ਉਹਨੂੰ ਸਜ਼ਾ ਦੇਣਗੇ ਉਹ ਵਾਹਿਗੁਰੂ ਆਪੇ ਉਹਨੂੰ ਵੇਖਦੇ ਪਏ ਨੇ ਜ਼ਰੂਰੀ ਨਹੀਂ ਕਿ ਮਾੜਾ ਉਹਨੇ ਕੀਤਾ ਤੇ ਆਪਾਂ ਵੀ ਉਹਨਾ ਕਰਨਾ ਹੈ ਕਿਸੇ ਦਾ ਮਾੜਾ ਨਹੀਂ ਕਰਨਾ ਬਸ ਆਪਾਂ ਆਪਾਂ ਕਿਸੇ ਨੂੰ ਨਾ ਮਾੜਾ ਬੋਲਣਾ ਨਾ ਕਿਸੇ ਨਾਲ ਕੋਈ ਵੈਰ ਵਿਰੋਧ ਰੱਖਣਾ ਆਪਣੀ ਜ਼ੁਬਾਨ ਤੇ ਨਾ ਹੀ ਕਦੀ ਗੰਦਾ ਬੋਲਣਾ ਸਿਰਫ ਜ਼ੁਬਾਨ ਤੇ ਕੀ ਰੱਖਣਾ ਹੈ ਓ ਵਾਹਿਗੁਰੂ ਦਾ ਨਾ ਫਿਰ ਦੇਖਿਓ ਕਿਵੇਂ ਕਿਰਪਾ ਹੁੰਦੀ ਹੈ ਵਾਹਿਗੁਰੂ ਹਮੇਸ਼ਾ ਅੰਗ ਸੰਗ ਰਹਿਣਗੇ ਵਾਹਿਗੁਰੂ ਤਾਂ ਹਮੇਸ਼ਾ ਆਪਣੇ ਨਾਲ ਹੀ ਨੇ ਬਸ ਲੋੜ ਹੈ ਸਮਝਣ ਦੀ ਫਿਰ ਆਓ ਅੱਜ ਤੋਂ ਦਾ ਸੰਬੰਧ ਜ਼ਰੂਰ ਕੱਢੀਏ